اعوذ باللہ من الشیطان الرجیم، بسم اللہ الرحمن الرحیم۔ السلام علیکم دوستو، تہاڈا کی حال چال ہے؟ میری دے اللہ دے فضل و کرم نال تسی ٹھیک ٹھاک ہو گئے۔ دوستو اج اسی باہر آئے ہاں کنک اتران نال، ساڈے مامو آئے نے جڑا جڑے ویلے وچ بابا جی کام کردے نے، او تے انہاں دی نال پوری فیملی آئی، اسی وی آ گئے۔ چلو اسی نکے ہاں، سانوں شوق ہوندا کنک اتران دا، تے اسی نال تھوڑا جہا کام کیتا تے زیادہ انہوں نے کیتا کیونکہ ਵੱਡੇ ਸੀ ਨਾ। ਅਤੇ ਨਾਨਾ ਨੂੰ ਬੋਲਿਆ ਤੁਸੀਂ ਪਿੱਛੇ ਹਟ ਦਿਓ ਕਿ ਹੁਣ ਵੱਡੇ ਕੰਮ ਕਰਨ ਦੇ। ਉਸ ਦਿਨ ਗਰਮੀ ਵੀ ਬਹੁਤ ਜ਼ਿਆਦਾ ਆਈ ਅਤੇ ਸਾਰਿਆਂ ਨੇ ਰੋਜ਼ਾ ਵੀ ਰੱਖਿਆ। ਤੁਸੀਂ ਮੌਸਮ ਦੇ ਅੰਦਾਜ਼ਾ ਲਾ ਸਕਦੇ ਹੋ ਕਿਤਨੀ ਗਰਮੀ ਸੀ। ਦੋਸਤੋ ਮੈਂ ਸੋਚਿਆ ਕਿ ਇਸ ਤਾਈ ਰੋਜ਼ੇ ਦੀ ਵੀਡੀਓ ਕਿ ਮੈਂ ਸੋਚਿਆ ਕਿ ਇੱਕੋ ਵਾਰੀ ਕਣਕ ਉਤਰਾਉਣ ਦੀ ਅਤੇ ਦਾਣੇ ਢੋਣ ਦੀ ਅਤੇ ਦਾਣੇ ਸਾਫ਼ ਕਰਾਉਣ ਦੀ ਵੀਡੀਓ ਬਣਾ ਲੈਂਦਾ। ਇਹ ਤਾਂ ਇਕੱਠਿਆਂ ਅਪਲੋਡ ਕਰਨੀ ਹੈ। ਉਸ ਤੋਂ ਮੇਰਾ ਕਜ਼ਨ ਰਿਸ਼ਤੇਦਾਰ ਅਤੇ ਮੇਰੇ ਮਾਮੂ ਦਾਣੇ ਵਿੱਚ ਬੋਰੇ ਵਿੱਚ ਦਾਣੇ ਪਾਉਣ ਲੱਗੇ ਨੇ ਅਤੇ ਹੁਣ ਘਰ ਆ ਕੇ ਢੋਵਾਂਗਾ ਮੈਂ। ਜੀ ਮੈਂ ਸ਼ਰਾਬਾ ਆ ਰਿਹਾ ਹੁਣ ਦਾਣੇ ਢੋਣਾ ਵਾ। ਦੋਸਤੋ ਮੈਂ ਪਹਿਲੀ ਵਾਰ ਖੋਤੀ ਲੱਭੀ, ਮੈਨੂੰ ਡਰ ਵੀ ਲੱਗਦਾ ਵਾ। ਮੈਂ ਖੋਤੀ ਵਾਲ ਤੱਕ ਨਾ ਖੋਤੀ ਮੈਨੂੰ ਮਾਰ ਗਈ, ਪਰ ਖੋਤੀ ਆਪੂ ਡਰਦੀ ਪਈ ਮੈਨੂੰ ਮਾਰਨੇ ਤੂੰ। ਮੇਰੇ ਤੱਕ ਲੈ ਮੇਰੇ ਹੂੰ ਸੱਟਾਂਗੇ ਦਾਣੇ ਉੱਥੇ ਬਰਾਂਡੇ ਲੈਣੇ ਕਰਕੇ ਮੈਂ ਸਾਰੇ ਇਕੱਠੇ ਕਰਕੇ ਇੱਥੇ ਰੱਖ ਲਿਆ। ਦੋਸਤੋ ਬਹੁਤ ਬਹੁਤ ਦੋਸਤੋ ਠੀਕ ਹੈ। ਕਿਸਾਨ ਦੀ ਮਿਹਨਤ ਹੁੰਦੀ ਹੈ, ਉਹ ਪਹਿਲਾਂ ਜ਼ਮੀਨ ਨੂੰ ਵੰਨਦਾ ਟਰੈਕਟਰ ਨਾਲ, ਫਿਰ ਬਿਜਾਈਆਂ ਕਰਦਾ, ਫਿਰ ਖਾਦ ਪਾਉਂਦਾ, ਤੋਂ ਉਹਦੀ ਫਿਰ ਸਵਾਦ ਲੱਭਾ ਤੋਂ ਉਹਨੂੰ ਫਲ ਲੱਭਦਾ। ਅਤੇ ਦੋਸਤੋ ਸਾਡੀ ਮਾਸ਼ਾਅੱਲਾ ਕਣਕ ਬਹੁਤ ਅੱਛੀ ਹੈ। ਜਦੋਂ ਉਹ ਮੇਰੇ ਨਾਨਾ ਮੁੰਨੋ ਦਾ ਫਲ ਲੱਭਿਆ ਅਤੇ ਬਾਬਾ ਜੀ ਨੇ ਦਾਣੇ ਸੁੱਟਦੇ ਪਏ ਨੇ, ਬਹੁਤ ਬਰਕਤ ਪਾਈ ਹੈ। ਨਾਲੇ ਬਾਬਾ ਜੀ ਬੋਲੇ ਸਾਡੇ ਪਹਾੜ ਪੂਰੇ ਕੰਮ ਵਾਲੇ ਹਲਕ ਬਣ ਜਾਂਦੇ ਨੇ, ਦਾਣੇ ਚੁੱਕ ਸੁੱਟੀ ਜਾਂਦੇ ਨੇ। ਦੇਖੋ ਪੂਰੀ ਵੀ ਆਏ ਨੇ, ਮਜ਼ਾਕ ਕਰਨ ਵਾਲੇ ਵੀ ਆਏ ਨੇ। ਦੇਖੋ ਇਹ ਸਟਿਆ ਬਾਬਾ ਜੀ ਬੋਲਾ ਹਲਕ ਦੋਸਤੋ ਨਾਲੇ ਅਸੀਂ ਜਿਸ ਤਰ੍ਹਾਂ ਦਾਣੇ ਲੈ ਕੇ ਘਰ ਆਉਂਦਾ ਟਰੈਕਟਰ ਅਤੇ ਅਸੀਂ ਦਾਣੇ ਝੁੱਡੇ ਲੈਣ ਲੱਗੇ ਹੈ। ਸਾਨੂੰ ਟਰੈਕਟਰ ਦੇ ਵਿੱਚ ਬੜਾ ਮਜ਼ਾ ਆਇਆ। ਆਪਾਂ ਟਰਾਲੀ 'ਚ ਦਾਣੇ ਇੱਕ ਰੇਲੀ ਵਿੱਚ ਆਏ ਨੇ ਅਤੇ ਉਸ ਤੋਂ ਅਸੀਂ ਚੁੱਕ ਕੇ ਘਰ ਲਿਆਉਂਦੇ ਪਿਆ। ਦੋਸਤੋ ਅਸੀਂ ਟਰੈਕਟਰ ਦੇ ਵਿੱਚ ਮੈਂ ਚੁੱਕੀ ਬਾਕੀ ਅਸੀਂ ਬੰਦੀ ਠਾਂ ਠਾਂ ਸਾਨੂੰ ਬੜਾ ਮਜ਼ਾ ਆਇਆ ਅਤੇ ਮੈਂ ਸਾਨੂੰ ਉੱਚੀ ਥਾਂ ਤੋਂ ਬੈਠਾ ਉੱਚੇ ਬੋਲਦੇ ਪਏ। ਮੈਂ ਫਿਰ ਮੈਨੂੰ ਠੰਡੀ ਹਵਾ ਲੱਗਦੀ ਵੀ ਉੱਥੇ ਆਊਟ ਆਫ ਸਪੀਡ ਵੀ ਜਾ ਰਿਹਾ ਸੀ, ਗਰਮੀ ਵੀ ਨਾਲ ਬਹੁਤ ਸੀ। ਦੇਖੋ ਇਹ ਹੁਣ ਮੇਰਾ ਦੋਸਤ ਹੈ ਔਰ ਵੇਗ ਹੁਣ ਇਹਨੇ ਹੁਣ ਇਹ ਢੋਣ ਲੱਗ ਪਿਆ। ਮੈਂ ਉਹਨਾਂ ਦਾ ਤਰਪਾਲ ਚੁੱਕ ਕੇ ਜਿਹੜੀਆਂ ਉੱਥੇ ਕਰੀਆਂ ਚੀਜ਼ਾਂ ਕਣਕ ਉਤਰਾਉਣ ਵਾਸਤੇ ਹੈ ਸੱਟੀ ਤਰਪਾਲ। ਮੈਂ ਉਹਨਾਂ ਨੇ ਸ਼ਾਬਾਸ਼ ਦਿੱਤੀ ਕਿ ਮੇਰੇ ਪੁੱਤਰ ਨੇ ਬੜੇ ਕੰਮ ਕੀਤੇ ਨੇ। ਮੈਨੂੰ ਕੰਮ ਕਣਕ ਉਤਰਾਉਣ ਵਿੱਚ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ। ਹੁਣ ਮੇਰੇ ਮਾਮੂ ਆਏ ਨੇ ਕਈ ਦੇ ਵਿੱਚ ਦਾਣੇ ਲੈ ਬੋਲਾ ਲਾ ਦੱਸਿਆ। ਉਹਦੇ ਪਾਪਾ ਨੂੰ ਕਹਿ ਕੇ ਜਾ ਪਹਿਲਾਂ ਦਿਲ ਆ ਕੇ ਮੈਨੂੰ ਉਹਦੇ ਵਿੱਚ ਬਾਤ ਕੀਤਾ ਨਾ, ਜਿਹਨੇ ਬੜਾ ਸ਼ੌਕ ਹੈ ਕਿਉਂਕਿ ਦਿਨ ਮੌਸਮ ਬਹੁਤ ਰਾਹ ਸੀ
پہلے ٹائم کنک اترائی تو شاید دوستوں بہت زیادہ بارش ہوئی تو شکا ہے ادا تک سارے دانے بچ رہے ہیں. تو بابا جی نے تے انہاں دی فیملی نے سارے دانے کھلارے نے کہ دانے ساڈے تھوڑے بہت گیلے ہو گئی سی تے انہاں دھوپ لوان لگے ہاں تو دھوپ اس لیے آئیے کہ انہاں نوں کیڑا نہ لگے تے اسی انہاں نوں سک جان تے اسی انہاں نوں پرولے وچ پائیے. جب برانڈے وچ دانے نظر آن لگے نا اسی انہاں نوں سکایا تے رکھ سکتے ہیں. دوستو بابا جی انہوں کی فیملی نے وہ دانے کٹھے کر سڑے ہیں تو بھائی آبد یہ دانے کٹھے کرنے لگے ہیں. دوستو مشین بھی آنے لگی ہے. تو ساڈا جڑا ویڑا وہ اٹھان والا ہے تو اسی دانے جی اٹھان کے کھلاڑیے تو پھر جانے اسی تو پار کے کپڑے پا کے انہوں نے کھلا رہے ہیں. تو مشین آ گئی تو اسی دانے صاف کرانا لگے. دوستو یہ تھا میری چھوٹی جی ویڈیو سامنے لائک کریو شیئر کریو کمنٹ کریو سبسکرائب کریو. دوستو تھی خود جی سپورٹ کریا کرو دوسرے سبسکرائب کریا کرو. خدا حافظ.